ਬਾਈ ਜੀ, ਬੁਢਲਾਡਾ ਦੇ ਵਿੱਚ ਮੇਨ ਬੱਸ ਸਟੈਂਡ ਰੋਡ ਤੋਂ ਰੇਲਵੇ ਰੋਡ ਦੇ ਵਿਚਾਲੇ ਇਹ ਮਕਾਨ ਵਿਕਾਊ ਆ ਜੀ। ਸੋ ਆਓ ਸਭ ਤੋਂ ਪਹਿਲਾਂ ਮਕਾਨ ਦੇ ਅੰਦਰ ਆਪਾਂ ਇੱਕ ਝਲਕ ਮਾਰ ਲਈਏ। ਸਭ ਤੋਂ ਪਹਿਲਾਂ ਜੀ ਮਕਾਨ ਦੇ ਅੰਦਰ ਵੜਨ ਸਾਰ ਆਪਾਂ ਨੂੰ ਇਹ ਖੁੱਲ੍ਹਾ ਵਿਹੜਾ ਆ ਜਾਂਦਾ ਅਤੇ ਇਹਦੇ ਨਾਲ ਹੀ ਜਦੋਂ ਆਪਾਂ ਅੰਦਰ ਐਂਟਰ ਹੋਣ ਲੱਗਦੇ ਹਾਂ ਤਾਂ ਗੁਸਰਖਾਨਾ ਅਤੇ ਬਾਥਰੂਮ ਬਣੇ ਹੋਏ ਨੇ। ਇਸ ਤੋਂ ਬਾਅਦ ਜਦੋਂ ਅੱਗੇ ਅੰਦਰ ਜਾਣ ਲੱਗਦੇ ਹਾਂ ਤਾਂ ਪਹਿਲਾਂ ਹੀ ਉੱਪਰ ਜਾਣ ਲਈ ਪੌੜੀਆਂ ਬਣੀਆਂ ਹੋਈਆਂ ਨੇ ਅਤੇ ਪੌੜੀਆਂ ਦੇ ਨਾਲ ਹੀ ਗੱਲ ਕਰੀਏ ਰਸੋਈ ਦੀ ਤਾਂ ਰਸੋਈ ਪੌੜੀਆਂ ਦੇ ਬਿਲਕੁਲ ਨਾਲ ਹੀ ਬਣੀ ਹੋਈ ਆ। ਇਸ ਤੋਂ ਬਾਅਦ ਮੇਨ ਬਰਾਂਡਾ ਅਤੇ ਕਮਰਾ ਸ਼ੁਰੂ ਹੋ ਜਾਂਦਾ ਜੀ। ਇਹਦੇ ਨਾਲ ਹੀ ਇਹ ਨਿੱਕਾ ਜਿਹਾ ਕਮਰਾ ਸਟੋਰ ਵਜੋਂ ਵਰਤਿਆ ਜਾ ਸਕਦਾ ਅਤੇ ਫਿਰ ਨਾਲ ਹੀ ਇੱਕ ਵੱਡਾ ਕਮਰਾ ਖੁੱਲ੍ਹਾ ਡੁੱਲਾ ਬਣਿਆ ਹੋਇਆ ਜੀ। ਤਾਂ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਮਕਾਨ ਬੁੜਲਾਡਾ ਬੱਸ ਸਟੈਂਡ ਰੋਡ ਤੋਂ ਰੇਲਵੇ ਰੋਡ ਦੇ ਵਿਚਾਲੇ ਮੇਨ ਰੋਡ 'ਤੇ ਰਹਿ ਜਾਂਦਾ ਜੀ। ਅਤੇ ਹੁਣ ਗੱਲ ਕਰੀਏ ਮਕਾਨ ਦੀ ਲੰਬਾਈ ਅਤੇ ਚੜਾਈ ਬਾਰੇ। ਇਸ ਮਕਾਨ ਦੀ ਪੂਰੀ ਜਗ੍ਹਾ ਹੈਗੀ ਹੈ ਵੀਰੇ 100 ਫੁੱਟ ਦੀ ਲੰਬਾਈ ਅਤੇ 20 ਫੁੱਟ ਚੌੜਾਈ। 100 ਫੁੱਟ ਲੰਬਾ ਅਤੇ 20 ਫੁੱਟ ਚੌੜਾ ਹੀ ਇਹ ਮਕਾਨ। ਤਾਂ ਨੀਚੇ ਨੰਬਰ ਦੇ ਰੱਖਿਆ ਜੀ, ਕੋਈ ਵੀ ਮਕਾਨ ਲੈਣ ਦਾ ਇੱਛੁਕ ਹੋਵੇ ਤਾਂ ਇਸ ਨੰਬਰ 'ਤੇ ਕਾਲ ਕਰੋ ਜੀ।